ਹਜੇ ਵਿਰੋਧ ਹੋਇਆ ਨਹੀਂ ਹੈ, ਹਜੇ ਤਾਂ ਟ੍ਰੇਲਰ ਹੈ, ਹਜੇ ਤਾਂ ਅੱਗੇ ਅੱਗੇ ਵੇਖਣਗੇ। ਬੀਜੇਪੀ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਜਿਸ ਪ੍ਰਕਾਰ ਦਾ ਵਿਤਕਰਾ ਕੀਤਾ, ਸਾਨੂੰ ਪੱਗਾਂ ਵਾਲਿਆਂ ਨੂੰ ਖਾਲਿਸਤਾਨੀ ਬਣਾਤਾ, ਜਿਸ ਪ੍ਰਕਾਰ ਦਾ ਦੇਸ਼ ਦੇ ਅੰਨਦਾਤੇ ਨਾਲ ਅਨਿਆਏ ਕੀਤਾ, ਜਿਸ ਪ੍ਰਕਾਰ ਕਿਸਾਨ ਨਿਧੀ ਯੋਜਨਾ ਦੇ ਤਹਿਤ 18 ਲੱਖ ਲੋਕਾਂ ਦੇ ਅਕਾਊਂਟ ਬੰਦ ਕਰ ਦਿੱਤੇ ਗਏ। ਸੋ ਹਜੇ ਵਿਰੋਧ ਹੋਇਆ ਨਹੀਂ ਹੈ ਜਾਖੜ ਸਾਹਿਬ ਦਾ, ਹਜੇ ਹੋਣਾ ਹੈ। ਔਰ ਜਾਖੜ ਸਾਹਿਬ ਕੋਈ ਕਮਜ਼ੋਰ ਨਹੀਂ ਹੁੰਦਾ ਹੈ, ਕਿਸੇ ਨੂੰ ਕਮਜ਼ੋਰ ਨਾ ਸਮਝੋ। ਕਈ ਵਾਰੀ ਇਹ ਹੋ ਜਾਂਦਾ, ਭੁਲੇਖਾ ਜਿਹਾ ਪੈ ਜਾਂਦਾ ਬੰਦੇ ਨੂੰ, ਜਿਹੜੇ ਪੁਰਾਣੇ ਵੱਡੇ ਬੰਦੇ ਆ ਨਾ, ਜਿਹਨਾਂ ਕੋਲ ਬਹੁਤ ਬੇਸ਼ੁਮਾਰ ਧਨ ਦੌਲਤ ਪੈਸਾ ਪਦਾਰਥ ਹੁੰਦਾ ਹੈ, ਉਹ ਫਿਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਹੈ। ਸੋ ਅੱਜ ਕੱਲ੍ਹ ਕੋਈ ਐਵੇਂ ਨਹੀਂ ਹੈ, ਹਰ ਬੰਦੇ 'ਚ ਦਮ ਵਾਲਾ ਬੰਦਾ ਹੁੰਦਾ। ਰਿਕਸ਼ੇ ਵਾਲੇ ਨਾਲ ਵੀ ਯੱਬ ਪਾ ਲਈਏ ਨਾ ਕਈ ਵਾਰੀ, ਫਿਰ ਉਹ ਫਿਰ ਪਤਾ ਲੱਗਦਾ ਵੀ ਅਗਲਾ ਰਿਕਸ਼ੇ ਵਾਲਾ ਕਮਜ਼ੋਰ ਹੈ ਕਿ ਨਹੀਂ ਕਮਜ਼ੋਰ। ਸੋ ਮੇਰੀ ਬੇਨਤੀ ਹੈ, ਹਜੇ ਤਾਂ ਬੀਜੇਪੀ ਦਾ ਵਿਰੋਧ ਹੋਣਾ, ਔਰ ਜਾਖੜ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਸੀ ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਅੰਨਦਾਤਾ ਦੀ ਅਗਵਾਈ ਕਰਨੀ ਚਾਹੀਦੀ ਸੀ। ਹਾਲਾਂਕਿ ਜਾਖੜ ਸਾਹਿਬ ਦਾ ਪੂਰਨ ਜ਼ੋਰ ਲੱਗਿਆ ਪਿਆ ਅਕਾਲੀ ਦਲ ਦਾ ਅਤੇ ਬੀਜੇਪੀ ਦਾ ਸਮਝੌਤਾ ਕਰਾਉਣ, ਕਿਉਂਕਿ ਜਾਖੜ ਸਾਹਿਬ ਦੀ ਹੋਂਦ ਕਿਉਂ ਬਚਣੀ ਤਾਂ ਹੈ ਨਹੀਂ, ਇੱਕ ਸੀਟ ਵੀ ਨਹੀਂ ਆਉਂਦੀ ਲੱਗਦੀ। ਉਹਨਾਂ ਨੂੰ ਲੱਗਦਾ ਵੀ ਇਕੱਠੇ ਹੋ ਜਾਈਏ ਤਾਂ ਸ਼ਾਇਦ ਕੋਈ ਇੱਕ ਅੱਧੀ ਸੀਟ ਆ ਜਾਏ, ਅਤੇ ਨਹੀਂ ਤਾਂ ਜਾਂਦਿਆਂ ਸਰ ਮੋਦੀ ਸਾਹਿਬ ਨੇ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇਣੀ ਹੈ। ਜਿਸ ਪ੍ਰਕਾਰ ਦਾ ਬੀਜੇਪੀ 'ਚ ਅੰਦਰ ਖਾਤੇ ਵਿਰੋਧ ਹੈ, ਜਿਹੜਾ ਸੰਗਠਨ ਹੈ ਉਹ ਸਾਰੇ ਕਹਿ ਰਹੇ ਆ ਵੀ ਅਸੀਂ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ, ਜਿੰਨੇ ਵੀ ਸੰਗਠਨ ਦੇ ਲੋਕ ਆ ਜਾਂ ਜਿਹੜੇ MLA ਦੇ ਚੋਣਾਂ ਲੜੇ। ਕੇਵਲ ਜਾਖੜ ਸਾਹਿਬ ਅਤੇ ਇੱਕ ਸਰਦਾਰ ਅਮਰਿੰਦਰ ਸਿੰਘ ਜੀ ਅਤੇ ਕਈ ਬੰਦੇ ਜਿਹੜੇ ਪਾਕਿਸਤਾਨ ਵਾਲੇ ਹੈ ਉਹ ਜ਼ੋਰ ਲਾ ਰਹੇ ਹੈ, ਅਦਰਵਾਈਜ਼ ਜਿਹੜਾ ਪਿਓਰ ਬੀਜੇਪੀ ਵਾਲੇ ਬੰਦੇ ਸੀਗੇ ਉਹ ਤਾਂ ਇਸ ਗੱਲ ਤੋਂ ਦੁਖੀ ਨੇ। ਸੋ ਇਹਨਾਂ ਦਾ ਜ਼ੋਰ ਲੱਗਿਆ ਪਿਆ ਵੀ ਕਿਤੇ ਨਾ ਕਿਤੇ ਸਾਡੀ ਦਾਲ ਗਲ ਜੂ। ਅਤੇ ਕੀ ਰਹਿ ਕੀ ਦੇਣਾ ਚਾਹੋਗੇ ਜੇ ਤੁਹਾਡੇ ਨਾਲ ਟੁੱਟ ਕੇ ਜਿਸ ਤਰ੍ਹਾਂ ਗਏ ਬੀਜੇਪੀ 'ਚ? ਸਾਡੇ ਨਾਲ ਤਾਂ ਜਿਹੜੇ ਟੁੱਟ ਕੇ ਗਏ ਸੀ ਉਦੋਂ ਹੀ ਆ ਗਏ, ਉਹ ਵੀ ਜਾਖੜ ਸਾਹਿਬ ਉਹਨਾਂ ਨੂੰ ਆਪਦਾ ਵਾਸਤਾ ਦੇ ਕੇ ਕਿ ਮੈਂ ਤੁਹਾਨੂੰ ਮੰਤਰੀ ਬਣਾਇਆ, ਮੈਂ ਰਾਹੁਲ ਜੀ ਨੂੰ ਕਿਹਾ, ਗੁੰਮਰਾਹ ਕਰਕੇ ਲੈ ਗਏ ਸੀ, ਉਹ ਤਾਂ ਸਾਰੇ ਦੇ ਸਾਰੇ ਸਾਡੇ ਨਾਲ ਆ ਗਏ। ਹਜੇ ਤਾਂ ਹੋਰ ਆਉਣੇ ਬਾਕੀ ਹੈ, ਤੁਸੀਂ ਦੇਖਿਓ ਹੁੰਦਾ ਕੀ ਹੈ। ਬੀਜੇਪੀ ਦਾ ਵਿਰੋਧ ਅਜੇ ਹੋਇਆ ਨਹੀਂ, ਇਹ ਟ੍ਰੇਲਰ ਹੈ, ਹਜੇ ਤਾਂ ਹੋਏਗਾ।